सरपंच साहब क्या हाल है? ठीक आ के नवा ड्रामा आया नी अस्सलाम वालेकुम तो इश्तियाक साहब ई के जनाब क्या हाल है भाई साहब? ठीक हो से ठीक ही पीछे ई के पीछे सीट खाली ते उत्ते क्यों बवा वे ने सा ओ जनाब मोटरसाइकिल नवा कटाया हां ते रनिंग च वे ठीक ਉਹਨਾਂ ਦਾ ਸਾਹਿਬ ਇਹਦਾ ਨਹੀਂ ਮੋਟਰਸਾਈਕਲ ਤਾਂ ਗੱਡੀ ਵੈਨੇ ਹੋ ਪਰ ਸਵਾਰੀ ਪਿੱਛੇ ਕੋਈ ਨਹੀਂ ਜਾਣੀ ਠੀਕ ਉਹ ਵਕਤ ਇਸ ਉੱਤੇ ਵਜ਼ਨ ਨਹੀਂ ਪਾਉਣ ਵਾਲਾ ਆਪੇ ਤੇਜ਼ ਤੋਂ ਆਇਆ ਆਵਾਜ਼ ਹੀ ਬਿਲਕੁਲ ਠੀਕ ਹੈ ਸਾਹਿਬ ਤੁਸੀਂ ਠੀਕ ਹੋ ਜੀ ਜੀ ਇਹ ਹਾਂ ਜੀ ਇਹ ਨਵਾਂ ਤਰੀਕਾ ਆਇਆ ਨੇ ਜੀ ਮੋਟਰਸਾਈਕਲ ਤੇ ਵਜ਼ਨ ਨਹੀਂ ਪਾਉਣਾ ਹਾਂ ਇਧਰ ਨਹੀਂ ਕੀ ਕਿਹੜਾ ਮੋਟਰਸਾਈਕਲ ਕਢਾ ਨੇ 1500 ਜੀ 1500 ਜੀ ਅੱਛਾ ਕਿਉਂ ਕਿਉਂ ਕਿੱਥੇ ਬੈਨੇ ਪਏ ਜੇ ਦੋ ਵਜ਼ਨ ਇਤਨਾ ਨਹੀਂ ਪਾਉਣਾ ਹੈ ਤੇ ਸਾਹਿਬ ਜੀ ਮਜਬੂਰੀ ਹੈ ਇਹ ਵਿਚਾਰਾ ਟਰਕ ਬੈਨਾ ਪਿਆ ਹਾਂ ਤੇ ਮੈਂ ਆਕਾ ਖੜਨਾ ਵੀ ਜ਼ਰੂਰੀ ਤੇ ਇਸ ਵਾਸਤੇ ਮੈਂ ਐਸਾ ਨਾ ਕਹਿੰਦਾ ਮੈਂ ਵੀ ਉਧਰ ਬੈਨੇ ਪਾਉਂ ਖਲੀਲ ਨ ਵਲੀਮਾ ਵੇ ਹਾਂ ਆਪਣਾ ਖਲੀਲ ਨੇ ਜੇ ਸਤਵੇਂ ਮੀਲ ਤੇ ਦੁਕਾਨ ਬਣਾਈ ਵੀ ਰਮਜ਼ਾਨ ਉਹ ਮੱਛੀ ਵਾਲੇ ਨਾ ਧਰਾਵੇ ਅੱਲਾ ਅੱਲਾ ਉਸ ਨ ਵਲੀਮਾ ਹਾਂ ਉੱਥੇ ਬੈਨਾ ਪਿਆ ਠੀਕ ਤੇ ਮੈਂ ਕਹਿ ਰਿਹਾ ਵਿਚਾਰੇ ਖੜਨਾ ਲਾਜ਼ਮੀ ਪਰ ਇਸ ਤੇ ਵਜ਼ਨ ਵੀ ਨਹੀਂ ਪਾਉਣਾ ਵਾ ਇਸਾ ਮੈਂ ਥੋੜੀ ਅੱਗੇ ਟੁਰ ਰਿਹਾ ਮਾ ਮਸ਼ਵਰਾ ਜ਼ੇਨ ਚ ਤੁਸੀਂ ਤੱਕ ਉਹਨੇ ਮੇਰੇ ਜ਼ੇਨ ਹੋ ਮੈਂ ਮੰਨ ਗਿਆ ਤੁਹਾਡੇ ਜ਼ੇਨ ਹੈ ਬਾਤ ਮੇਰੇ ਜ਼ੇਨ ਜਾਗਾ ਪਈ ਯਾਰ ਇਸਾ ਕਿਸ ਤਰ੍ਹਾਂ ਖੜਾ ਮੈਂ ਉਸ ਪਿੱਛੇ ਮੋੜਾ ਮੈਂ ਕਹ ਜਨਾਬ ਆ ਮੈਂ ਉੱਤੇ ਬਹੁ ਵਾ ਇਹ ਤੱਕ ਨੇ ਵਸ ਸਹ ਗੱਲਾਂ ਕਿ ਮੈਂ ਨਹੀਂ ਪੜੀ ਬਈ ਬਿਲਕੁਲ ਠੀਕ ਹੈ ਮੈਂ ਟੋਲੀ ਟਰੈਕ ਕਿਤਾਬਾਂ ਪੜੀਆਂ ਰਹੀ ਸਾਹਿਬ ਇੱਕ ਸਲਾਮ ਜਮਾਤ ਗੈਟ ਮਸ਼ਤਲੂਮ ਬਿਲਕੁਲ ਠੀਕ ਹੈ ਇਹ ਜਿਹੜੀ ਮਸ਼ਤਲੂਮ ਪੜ ਕੇ ਦੀ ਲਾਇਬ੍ਰੇਰੀ ਫਿਜ਼ਿਕਸ ਸਾਇੰਸ ਇਨ ਆ ਗਿਆ ਨਾ ਤੇ ਜ਼ਵਾਲੋ ਜੀ ਨਾ ਕੋਈ ਵੀ ਇਤੋ ਸਮਾਂ ਨਿਸ਼ਾ ਨਾ ਜ਼ਵਾਲੂ ਜੀ ਪੜ ਗਈ ਦੀ ਨਾ ਜੀ ਜੀ ਈ ਉਸ ਵਜ੍ਹਾ ਤੋਂ ਤੁਸਾਂ ਸੈਂਸ ਕੰਮ ਆ ਗਏ ਨੇ ਸੈਂਸ ਨਹੀਂ ਪੜੀ ਐ ਲੇਕਿਨ ਇਤਨਾ ਜ਼ੇਨ ਆ ਗਿਆ ਈ ਜ਼ੇਨ ਇਤਨਾ ਪਹੁੰਚਾ ਆ ਗਿਆ ਨਾ ਭਾਈ ਈ ਭਾਈ ਮੋਟਰਸਾਈਕਲ ਤੇ ਵਜ਼ਨ ਨਹੀਂ ਪਾਉਣਾ ਰਨਿੰਗ ਚ ਮੋਟਰਸਾਈਕਲ ਰਨਿੰਗ ਚ ਵੀ ਨਾ ਜੀ ਨਵਾਂ ਕਢਾਇਆ ਵਾ ਨਾ ਤੂੰ ਕੋਈ 10 ਆ ਨਾ ਕਿਲੋਮੀਟਰ ਚਲਾਉਣਾ ਉਸ ਤੋਂ ਬਾਅਦ ਭਾਈ ਵਜ਼ਨ ਪਾਉਣਾ ਪਿੱਛੇ ਮੋਟਰਸਾਈਕਲ ਪਾਣੀ ਸ਼ਾਣੀ ਠੀਕ ਨਹੀਂ ਜਨਾਬ ਨਹੀਂ ਪਾਣੀ ਕੀ ਅਸਾਂ ਸਵੇਰੇ ਨਾਸ਼ਤਾ ਨਹੀਂ ਕੀਤਾ ਕਿਉਂ ਵਲੀਮੇ ਦਵਾਈਨਾ ਖਲੀਲ ਬਿਲਕੁਲ ਠੀਕ ਹੈ ਨਾ ਬਸ ਹੀ ਗਿਆ ਠੀਕ ਹੈ ਸਰ ਠੀਕ ਠੀਕ ठीक 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 वहां जाने सारो